ਤਾਂ ਦੱਸ ਦਈਏ ਕਿ ਕੰਗਣਾ ਰਣੌਤ ਦੇ ਬਿਆਨ ਤੇ ਭਾਰਤੀ ਜਨਤਾ ਪਾਰਟੀ ਨੇ ਕਿਨਾਰਾ ਕਰ ਲਿਆ ਹੈ। ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕੰਗਣਾ ਦਾ ਬਿਆਨ ਉਹਨਾਂ ਦਾ ਨਿੱਜੀ ਹੈ, ਪਾਰਟੀ ਦਾ ਨਹੀਂ, ਤੇ ਉਹਨਾਂ ਦੇ ਬਿਆਨ ਤੇ ਪਾਰਟੀ ਅਸਹਿਮਤ ਹੈ। ਭਵਿੱਖ ਦੇ ਵਿੱਚ ਵੀ ਕੰਗਣਾ ਅਜਿਹੇ ਬਿਆਨ ਨਾ ਦੇਵੇ ਤਾਂ ਪਾਰਟੀ ਅਜਿਹੇ ਬਿਆਨਾਂ ਦਾ ਕਦੇ ਵੀ ਸਮਰਥਨ ਨਹੀਂ ਕਰਦੀ। ਤਾਂ ਦੱਸ ਦਈਏ ਕਿ ਕੰਗਣਾ ਰਣੌਤ ਦੇ ਵੱਲੋਂ ਕਿਸਾਨੀ ਅੰਦੋਲਨ ਤੇ ਵਿਵਾਦਿਤ ਬਿਆਨ ਦਿੱਤਾ ਗਿਆ ਸੀ ਕਿ ਕਿਸਾਨੀ ਅੰਦੋਲਨ ਦੇ ਵਿੱਚ ਕਈ ਔਰਤਾਂ ਦੇ ਨਾਲ ਬਲਾਤਕਾਰ ਹੋਇਆ ਤੇ ਬੰਦਿਆਂ ਨੂੰ ਵੀ ਮਾਰ ਕੇ ਟੰਗਿਆ ਗਿਆ ਸੀ, ਜਿਸ ਤੋਂ ਬਾਅਦ ਦੇਸ਼ ਦੇ ਹਰ ਪਾਸੇ ਉਹਨਾਂ ਦੇ ਇਸ ਬਿਆਨ ਦਾ ਵਿਰੋਧ ਹੋਇਆ। ਤੇ ਹੁਣ ਭਾਰਤੀ ਜਨਤਾ ਪਾਰਟੀ ਨੇ ਵੀ ਉਹਨਾਂ ਦੇ ਇਸ ਬਿਆਨ ਤੇ ਪੱਖ ਰੱਖਿਆ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪਾਰਟੀ ਉਹਨਾਂ ਦੇ ਇਸ ਬਿਆਨ ਦਾ ਕੋਈ ਵੀ ਸਮਰਥਨ ਨਹੀਂ ਕਰਦੀ। ਤਾਂ ਉਹਨਾਂ ਦਾ ਇਹ ਇੱਕ ਨਿੱਜੀ ਬਿਆਨ ਹੈ, ਜਦਕਿ ਪਾਰਟੀ ਦਾ ਅਜਿਹਾ ਕੋਈ ਵੀ ਮਤ ਨਹੀਂ ਹੈ। ਤਾਂ ਕੰਗਣਾ ਰਣੌਤ ਭਵਿੱਖ ਦੇ ਵਿੱਚ ਵੀ ਅਜਿਹੇ ਬਿਆਨ ਨਾ ਦੇਵੇ ਤਾਂ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਸਾਫ ਸਾਫ ਕੰਗਣਾ ਰਣੌਤ ਦੇ ਬਿਆਨ ਤੋਂ ਕਿਨਾਰਾ ਕੀਤਾ ਗਿਆ। ਤਾਂ ਕੰਗਣਾ ਰਣੌਤ ਦਾ ਇਹ ਵਿਵਾਦਿਤ ਬਿਆਨ ਸੀ, ਜਿਸ ਤੋਂ ਬਾਅਦ ਪੰਜਾਬ ਸਮੇਤ ਕਈ ਸੂਬਿਆਂ ਦੇ ਵਿੱਚ ਉਹਨਾਂ ਦਾ ਲਗਾਤਾਰ ਵਿਰੋਧ ਚੱਲ ਰਿਹਾ ਸੀ। ਤਾਂ 2020 ਦੇ ਵਿੱਚ ਜੋ ਕਿਸਾਨੀ ਅੰਦੋਲਨ ਸੀ ਉਸਦੇ ਉੱਤੇ ਕੰਗਣਾ ਰਣੌਤ ਦੇ ਵੱਲੋਂ ਇਹ ਵਿਵਾਦਿਤ ਬਿਆਨ ਦਿੱਤਾ ਗਿਆ ਸੀ ਕਿ ਕਿਸਾਨੀ ਅੰਦੋਲਨ ਦੇ ਵਿੱਚ ਕਈ ਔਰਤਾਂ ਦੇ ਨਾਲ ਬਲਾਤਕਾਰ ਕੀਤਾ ਗਿਆ ਤੇ ਕਈ ਬੰਦਿਆਂ ਨੂੰ ਵੀ ਮਾਰ ਕੇ ਟੰਗਿਆ ਗਿਆ, ਜਿਸ ਤੋਂ ਬਾਅਦ ਉਹਨਾਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ। ਤਾਂ ਹੁਣ ਭਾਰਤੀ ਜਨਤਾ ਪਾਰਟੀ ਨੇ ਆਪਣਾ ਇਹ ਬਿਆਨ ਜੋ ਜਾਰੀ ਕੀਤਾ। ਤਾਂ ਦੱਸ ਦਈਏ ਕਿ ਕੰਗਣਾ ਰਣੌਤ ਦੇ ਬਿਆਨ ਤੇ ਭਾਰਤੀ ਜਨਤਾ ਪਾਰਟੀ ਨੇ ਕਿਨਾਰਾ ਕਰ ਲਿਆ। ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕੰਗਣਾ ਦਾ ਬਿਆਨ ਉਹਨਾਂ ਦਾ ਨਿੱਜੀ ਹੈ, ਪਾਰਟੀ ਦਾ ਨਹੀਂ, ਤੇ ਉਹਨਾਂ ਦੇ ਬਿਆਨ ਤੇ ਪਾਰਟੀ ਅਸਹਿਮਤ ਹੈ। ਭਵਿੱਖ ਦੇ ਵਿੱਚ ਵੀ ਕੰਗਣਾ ਅਜਿਹੇ ਬਿਆਨ ਨਾ ਦੇਵੇ ਤਾਂ ਪਾਰਟੀ ਅਜਿਹੇ ਬਿਆਨਾਂ ਦਾ ਕਦੇ ਵੀ ਸਮਰਥਨ ਨਹੀਂ ਕਰਦੀ। ਤਾਂ ਦੱਸ ਦਈਏ ਕਿ ਕੰਗਣਾ ਰਣੌਤ ਦੇ ਵੱਲੋਂ ਕਿਸਾਨੀ ਅੰਦੋਲਨ ਤੇ ਵਿਵਾਦਿਤ ਬਿਆਨ ਦਿੱਤਾ ਗਿਆ ਸੀ ਕਿ ਕਿਸਾਨੀ ਅੰਦੋਲਨ ਦੇ ਵਿੱਚ ਕਈ ਔਰਤਾਂ ਦੇ ਨਾਲ ਬਲਾਤਕਾਰ ਹੋਇਆ ਤੇ ਬੰਦਿਆਂ ਨੂੰ ਵੀ ਮਾਰ ਕੇ ਟੰਗਿਆ ਗਿਆ ਸੀ, ਜਿਸ ਤੋਂ ਬਾਅਦ ਦੇਸ਼ ਦੇ ਹਰ ਪਾਸੇ ਉਹਨਾਂ ਦੇ ਇਸ ਬਿਆਨ ਦਾ ਵਿਰੋਧ ਹੋਇਆ ਤੇ ਹੁਣ ਭਾਰਤੀ ਜਨਤਾ ਪਾਰਟੀ ਨੇ ਵੀ ਉਹਨਾਂ ਦੇ ਇਸ ਬਿਆਨ ਤੇ ਪੱਖ ਰੱਖਿਆ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪਾਰਟੀ ਉਹਨਾਂ ਦੇ ਇਸ ਬਿਆਨ ਦਾ ਕੋਈ ਵੀ ਸਮਰਥਨ ਨਹੀਂ ਕਰਦੀ। ਤਾਂ ਉਹਨਾਂ ਦਾ ਇਹ ਇੱਕ ਨਿੱਜੀ ਬਿਆਨ ਹੈ, ਜਦਕਿ ਪਾਰਟੀ ਦਾ ਅਜਿਹਾ ਕੋਈ ਵੀ ਮਤ ਨਹੀਂ ਹੈ। ਤਾਂ ਕੰਗਣਾ ਰਣੌਤ ਭਵਿੱਖ ਦੇ ਵਿੱਚ ਵੀ ਅਜਿਹੇ ਬਿਆਨ ਨਾ ਦੇਵੇ ਤਾਂ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਸਾਫ ਸਾਫ ਕੰਗਣਾ ਰਣੌਤ ਦੇ ਬਿਆਨ ਤੋਂ ਕਿਨਾਰਾ ਕੀਤਾ ਗਿਆ। ਤਾਂ ਕੰਗਣਾ ਰਣੌਤ ਦਾ ਇਹ ਵਿਵਾਦਿਤ ਬਿਆਨ ਸੀ, ਜਿਸ ਤੋਂ ਬਾਅਦ ਪੰਜਾਬ ਸਮੇਤ ਕਈ ਸੂਬਿਆਂ ਦੇ ਵਿੱਚ ਉਹਨਾਂ ਦਾ ਲਗਾਤਾਰ ਵਿਰੋਧ ਚੱਲ ਰਿਹਾ ਸੀ। ਤਾਂ 2020 ਦੇ ਵਿੱਚ ਜੋ ਕਿਸਾਨੀ ਅੰਦੋਲਨ ਸੀ ਉਸਦੇ ਉੱਤੇ ਕੰਗਣਾ ਰਣੌਤ ਦੇ ਵੱਲੋਂ ਇਹ ਵਿਵਾਦਿਤ ਬਿਆਨ ਦਿੱਤਾ ਗਿਆ ਸੀ ਕਿ ਕਿਸਾਨੀ ਅੰਦੋਲਨ ਦੇ ਵਿੱਚ ਕਈ ਔਰਤਾਂ ਦੇ ਨਾਲ ਬਲਾਤਕਾਰ ਕੀਤਾ ਗਿਆ ਤੇ ਕਈ ਬੰਦਿਆਂ ਨੂੰ ਵੀ ਮਾਰ ਕੇ ਟੰਗਿਆ ਗਿਆ, ਜਿਸ ਤੋਂ ਬਾਅਦ ਉਹਨਾਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ। ਤਾਂ ਹੁਣ ਭਾਰਤੀ ਜਨਤਾ ਪਾਰਟੀ ਨੇ ਆਪਣਾ ਇਹ ਬਿਆਨ ਜੋ ਜਾਰੀ ਕੀਤਾ।